ਸਰ ਜੀ, ਮੇਰਾ ਘਰ ਵਾਲਾ ਗੁਰਭੇਜ ਸਿੰਘ ਜਿਨ੍ਹਾਂ ਨੂੰ ਫੜ ਕੇ ਲੈ ਗਿਆ, ਉਹਨਾਂ 'ਤੇ ਕਤਲ ਪਾਈ ਜਾਂਦੇ ਕਿ ਇਹਨਾਂ ਨੇ ਕਤਲ ਕੀਤਾ, ਪਰ ਕਤਲ ਇਹਨਾਂ ਨੇ ਨਹੀਂ ਕੀਤਾ। ਜਿਹੜੇ ਅਸਲੀ ਕਤਲ, ਉਹਨਾਂ ਨੂੰ ਫੜਿਆ ਜਾਵੇ, ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਨਜਾਇਜ਼ ਸਾਡੇ 'ਤੇ ਕੇਸ ਪਾਉਣ ਡੇ, ਧੱਕੇ ਨਾਲ ਸਾਡੀ ਨਨਾਣ, ਮੈਨੂੰ ਅਤੇ ਮੇਰੀ ਨਨਾਣ ਨੂੰ, ਛੋਟੀ ਨੂੰ ਜਦੋਂ ਜੀ ਕਰਦਾ ਫੜ ਕੇ ਲੈ ਜਾਂਦੇ, ਸਾਨੂੰ ਘਰ ਟਿਕਣ ਨਹੀਂ ਦਿੰਦੇ। ਜਦੋਂ ਬੰਦੇ ਸਾਡੇ ਥਾਣੇ ਦੇ ਵਿੱਚ ਅਤੇ ਸਾਡੇ 'ਤੇ ਧੱਕਾਸ਼ਾਹੀ ਕਿਉਂ ਕਰ ਰਹੇ? ਜਿਹੜਾ ਦਾਤ ਪੁਰਾਣਾ ਘਰੋਂ ਸ਼ਾਮਿਲ ਕੀਤਾ ਗਿਆ, ਜਿਹੜਾ ਖੜਿਆ ਵਾ, ਉਹ ਸਾਹਮਣੇ ਨਹੀਂ ਲਿਆਉਂਦੇ। ਜਿਹੜਾ ਨਵਾਂ ਦਾਤ ਇਹਨਾਂ ਖੁਦ ਆਪਣੇ ਕੋਲੋਂ ਬਰਾਮਦ ਕੀਤਾ, ਉਹ ਕਹਿੰਦੇ ਆ ਕਿ ਤੂੰ ਮੰਨ ਕਿ ਇਹੀ ਦਾਤਰ ਦੇ ਨਾਲ ਉਹਨੇ ਕਤਲ ਕੀਤਾ। ਸਰ ਜੀ, ਮੈਂ ਬਹੁਤ ਦੁਖੀ ਹੋ ਗਈ ਹਾਂ। ਧੱਕੇ ਖਾਂਦੀ ਫਿਰਦੀ, ਮੇਰੇ ਬੱਚੇ ਖਾਣ ਨੂੰ ਘਰ ਰੋਟੀ ਨਹੀਂ ਆ। ਅਸੀਂ ਤਾਂ ਗੁਰਦੁਆਰਾ ਖੁਦ ਆਪ ਗੁਰਦੁਆਰਾ ਮਿਹਨਤ ਕਰਕੇ ਤਾਂ ਖਾਂਦੇ ਹਾਂ, ਸਾਰਾ ਪਿੰਡ ਸਾਡੀ ਮਦਦ ਕਰ ਰਿਹਾ, ਪਰ ਉਹ ਕਤਲ ਨਹੀਂ ਆ। ਕਤਲ ਜਿਹੜੇ ਅਸਲੀ, ਉਹਨਾਂ ਨੂੰ ਫੜਿਆ ਜਾਵੇ। ਉਹ ਕੋਲ ਅਸੀਂ ਕਦ ਮਾਉਣ ਫਿਰ? ਸਰ ਜੀ, ਇਹ ਨਹੀਂ ਪਤਾ, ਇਹ ਪੁਲਿਸ ਨੂੰ ਖੁਦ ਜਾਣਕਾਰੀ ਚਾਹੀਦੀ ਆ ਕਿ ਅਸੀਂ ਇਹ ਰਸਪਾਲ ਸਿੰਘ ਇੱਕ ਜਿਹੜਾ ਜ਼ਮੀਨ ਵਾਹੁੰਦਾ, ਜਿਹਨਾਂ ਦੇ ਥੱਲੇ ਉਹ ਜ਼ਮੀਨ ਨਿਕਲਦੀ ਸੀ 2-3 ਕਿੱਲੇ ਮੇਰੀ ਨਨਾਣ ਦੀ, ਉਹਨਾਂ ਦੇ ਥੱਲੇ ਜ਼ਮੀਨ ਜਿਹੜੀ ਨਿਕਲਦੀ, ਉਹਦੇ ਕਰਕੇ ਉਹਨਾਂ ਨੇ ਕਤਲ ਕਰਵਾਏ ਨੇ। ਉਹੀ ਕਾਤਲ ਆ, ਉਹੀ ਨਿਕਲੇਗਾ ਜ਼ਰੂਰ, ਰਸਪਾਲ ਸਿੰਘ ਨਾਲ ਉਹਦਾ ਮੁੰਡਾ ਹਰਪ੍ਰੀਤ ਸਿੰਘ, ਉਹ ਕਾਤਲ। ਹਾਂਜੀ, ਟੋਟੀਆਂ ਦਾ ਤੁਸੀਂ ਨਿਰਦੋਸ਼ ਜੇ? ਹਾਂਜੀ, ਅਸੀਂ ਨਿਰਦੋਸ਼ ਜਾਂ ਗੱਲ ਇਹ ਹੋਈ ਆ ਵੀ ਜਿਹੜੇ ਰਸਪਾਲ ਸਿੰਘ ਅਤੇ ਹਰਭੇਜ ਸਿੰਘ ਆ, ਇਹਨਾਂ ਥੱਲਿਓ ਜ਼ਮੀਨ ਨਿਕਲਦੀ ਸੀ। ਹਰਭੇਜ ਸਿੰਘ ਦਾ ਕੋਈ ਉਹਨਾਂ ਦੀ ਜ਼ਮੀਨ ਨਹੀਂ, ਉਹਨਾਂ ਦਾ ਭਾਂਡਾ ਨਹੀਂ। ਭੈਣ ਨੇ ਆਪਦੀ ਜਾਇਦਾਦ ਲੈ ਕੇ ਉਹਦੇ ਵਿੱਚ ਉਹਨਾਂ ਨੂੰ ਪਾਇਆ ਸੀ, ਗੁੱਲੀ ਪਾ ਉਹਦੇ ਵਿੱਚ ਵੱਟ ਕੇ ਚੱਲੇ ਗਏ। ਉਹਨਾਂ ਦਾ ਤਾਂ ਕੋਈ ਸਾਡਾ ਨਹੀਂ ਹੈ। ਬਾਕੀ ਰਸਪਾਲ ਸਿੰਘ ਨੇ ਇਹਨੂੰ ਲਲਚਾ ਦੇ ਕੇ ਜਿਹਨੂੰ ਵੀ ਕਰਵਾਇਆ ਹੋਵੇ, ਅਤੇ ਉਹ ਰਸਪਾਲ ਸਿੰਘ ਲਲਚਾ ਦੇ ਕੇ, ਉਹ ਰਸਪਾਲ ਸਿੰਘ ਹੀ ਮਨ ਉਹਦੇ ਮੂੰਹੋਂ ਬਿਆਨ, ਸਾਥੋਂ ਪਰਚਾ ਕਰਾ ਕੇ 4 ਦਿਨ ਅਸੀਂ ਲਾਸ਼ਾਂ ਰੱਖ ਛੱਡੀਆਂ। ਇਹਨਾਂ ਜਾ ਕੇ ਪਰਚਾ ਕਰਾ ਕੇ ਹਰਪ੍ਰੀਤ ਅਤੇ ਰਸਪਾਲ ਸਿੰਘ ਦੇ, ਅਤੇ ਮੁੜ ਕੇ ਉਹਨੂੰ ਛੱਡ ਦਿੱਤਾ ਵਾ। ਉਹ ਜਾ ਕੇ ਰਾਤ ਪਨੀਰੀਆਂ ਭਰਨ ਡਿਆ, ਅਤੇ ਜਿਹਦੇ ਉੱਤੇ ਨਹੀਂ ਪਰਚਾ ਉਗਾਂ ਉਹਦੇ 'ਤੇ, ਇਹ ਸਭ ਪੈਸਾ ਜੋ ਕੁਛ ਕਰ ਰਿਹਾ ਉਹਨੇ, ਬਹੁਤ ਰਸਪਾਲ ਸਿੰਘ ਨੇ ਪੈਸਾ ਪਾਇਆ। ਤੁਸੀਂ ਹੁਣ ਪੁਲਿਸ ਦੀ ਕਾਰਗੁਜ਼ਾਰੀ ਤੋਂ ਨਹੀਂ ਪੁੱਛਦੇ? ਨਾ, ਉਹਨਾਂ ਦਾ ਜਦੋਂ ਮਾਮਾ, ਉਹ ਬੱਚੀ 6 ਸਾਲ ਦੀ, ਜਦੋਂ ਆਪਾਂ ਆਪਣਾ ਰੂਪ ਬਦਲਾਉਂਦੇ ਹਾਂ ਜਾਂ ਆਪਾਂ ਕੋਈ ਮਾੜਾ ਕਰਦੇ, ਆਪਾਂ ਆਪਣਾ ਰੂਪ ਨਾ ਦੱਸਦੇ ਹਾਂ, ਦੱਸਦੇ ਨਹੀਂ ਨਾ। ਉਹਨੇ ਇਹ ਆ ਵੀ ਆਖਿਆ ਵੀ ਤੂੰ ਵੀ ਮਾਮਾ ਮਾਮਾ ਉਹਦਾ ਨਾਂ ਲੈਂਦੇ ਰਹੇ, ਭੇਜਿਆ ਅਤੇ ਉਹ ਭੇਜੇ, ਅਤੇ ਉਹਨੇ ਕਿਹਾ 3 ਮੋਨੇ ਆ, 1 ਨਿਆਂਗੀ। ਲੜਕੀ ਨੇ 6 ਸਾਲ ਦੀ ਨੇ, ਵੇਖੋ ਨਾਲੇ ਉਹਨੂੰ ਸੱਟਾਂ ਲੱਗੀਆਂ, ਉਹਦੇ ਵੀ ਟੋਕੇ ਦੇ ਦਾਤਰ ਦੇ ਲੱਗੇ ਆ, ਕਿੰਨੇ ਦਿਨ ਹਸਪਤਾਲ ਰਹੀ ਆ, ਉਹਦਾ ਵੀ ਇਲਾਜ ਹੋ ਰਿਹਾ, ਅਜੇ ਵੀ ਕੁੜੀ ਦੀ ਧੌਣ ਦੇ ਉੱਤੇ ਸਭ ਫਿੱਟੀਆਂ। ਉਸੇ ਤਰ੍ਹਾਂ ਉਹਨਾਂ ਬੱਚਿਆਂ ਦੀ ਤਾਂ ਪੂਰਾ ਨਹੀਂ ਸੁਣਾਈ ਹੋਈ ਕਿਸੇ ਚੀਜ਼ ਦੀ ਨਹੀਂ, ਬਿਲਕੁਲ ਸਰਕਾਰ ਨੇ ਖੰਡ ਮੁੱਖ ਧਰ ਲਿਆ, ਕੋਈ ਇਸ ਦੇਸ਼ ਦੇ ਵਿੱਚ ਨਹੀਂ ਗਾ ਇਲਾਕੇ 'ਚ। ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਮੰਗਦੇ ਸਾਡਾ ਮੁੱਲ ਪੈਣਾ, ਰਸਪਾਲ ਸਿੰਘ ਮੂੰਹ ਦੱਸੇ ਵੀ ਮੈਂ ਕਿੰਨਾ ਨੂੰ ਦੇ ਕੇ ਲਲਚਾ 'ਤੇ ਮੈਂ ਕੰਮ ਕਰਾਂ, ਜੋ ਕੁਛ ਦੱਸਣਾ ਰਸਪਾਲ ਸਿੰਘ ਨੇ ਦੱਸਣਾ, ਉਹ ਘਰ ਪਨੀਰ ਕਾ ਭਰਦਾ, ਫਿਰ ਜਿਹਨੇ ਪਰਚਾ ਖੁਦ ਹੋ ਕੇ ਅਤੇ ਉਹਦਾ ਉਹ ਘਰ ਚੱਲ ਜਾ। ਤੁਸੀਂ ਉਹਦੀ ਗ੍ਰਿਫਤਾਰੀ ਦੀ ਮੰਗ ਕਰਦੇ? ਹਾਂ, ਮੰਗ ਕਰ। ਪਹਿਲਾਂ ਚੁੱਕੇ ਸੀ ਪੁਲਿਸ? ਹਾਂਜੀ, ਚੁੱਕਿਆ, ਪਹਿਲੀ ਰਾਤ ਚੁੱਕਿਆ ਤਾਂ ਰਾਤ ਛੱਡ ਦਿੱਤਾ, ਰਾਤ ਘਰ ਚਲੇ ਗਿਆ, ਅਗਲੇ ਦਿਨ ਫਿਰ ਲੈ ਆਉਂਦਾ, ਫਿਰ 2-3 ਜਿੰਨੇ ਦਿਨ ਸੰਸਕਾਰ ਨਹੀਂ ਕੀਤਾ, ਆਖਣਗੇ ਤੁਹਾਨੂੰ ਸਭ ਕੁਛ ਦੇਵਾਂਗੇ। ਅਸੀਂ ਆਖਿਆ ਕੁਛ ਵੀ ਦਿਓ, ਜਿੰਨਾ ਚਿਰ ਉਹਦੇ ਉੱਤੇ ਪਰਚਾ ਨਾ ਸਾਡਾ ਸਬੂਤ ਨਾ ਹੋਇਆ, ਅਸੀਂ ਸੰਸਕਾਰ ਨਹੀਂ। ਜਾ ਕੇ ਇਹਨਾਂ ਨੇ ਦਿਲਾਸਾ ਦੇ ਕੇ ਉਹਦੇ ਉੱਤੇ ਸਭ ਲਿਖਾ ਕੇ, ਸਾਡੇ ਹੁੰਦਿਆਂ ਪਰਚਾ ਧਾਰਾਂ ਲਾ ਕੇ ਫਿਰ ਇਹਨਾਂ ਨੇ ਪਰਚਾ ਦੇ ਕੇ ਆਏ ਅਤੇ ਅਸੀਂ ਸੰਸਕਾਰ ਕੀਤਾ, ਨਹੀਂ ਤਾਂ ਅਸੀਂ ਬਿਲਕੁਲ ਸੰਸਕਾਰ ਨਹੀਂ ਕਰਨਾ, ਭਾਵੇਂ ਸਾਨੂੰ ਮਹੀਨਾ ਰਹਿਣਾ। ਅਸੀਂ ਮੁੱਲ ਪਾ ਕੇ ਉਹਨਾਂ ਦਾ ਜਿੰਨਾ ਚਿਰ ਘੁੰਮਣ ਵਾਸਤੇ ਅਤੇ ਵਿੱਚ ਮਹੀਨੇ 'ਚ ਚਲੇ ਜਾਣਾ, ਪਿੱਛੋਂ ਜਗੜ ਬੰਦ ਬੰਨ੍ਹ ਕੇ ਮਾਇਆ ਵਾਹ ਕੇ ਅਤੇ ਬਾਹਰ ਚਲੇ ਜਾਣਾ ਘੁੰਮਣ ਵਾਸਤੇ, ਜੇ ਮਾਂ ਪਿਓ ਤੋਂ ਬਿਨਾਂ ਉਹ ਪਹਿਲਾਂ ਜਾ ਸਕਦਾ ਸੀ। 72 ਨੰਬਰ ਅਰਜ਼ੀ ਦਰਜ ਕੀਤੀ ਸੀ ਜਿਹਦੇ ਵਿੱਚ 23-24 ਦੀ ਜਵਾਨੀ ਰਾਤ ਨੂੰ ਜਿਹੜਾ 3 ਮਰਡਰ ਹੋਏ, ਬਲਾਇਮ ਬਲਵੀਰ ਸਿੰਘ, ਉਹਦੀ ਵਾਈਫ ਲਖਬੀਰ ਔਰ ਅਤੇ ਉਹਦੀ ਲੜਕੀ ਪਿੰਕੀ, ਅਤੇ ਦੌਰਾਨੇ ਤਫਤੀਸ਼ ਜਿਹੜੀ ਆ ਸਾਡੀ ਸਿੱਟ ਬਣੀ ਸੀ, ਦੌਰਾਨੇ ਤਫਤੀਸ਼ ਜਿਹੜੀ ਆ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਆ, ਉਹਦੇ ਵਿੱਚ ਜਿਹੜਾ ਵਾ ਗੁਰਭੇਜ ਸਿੰਘ ਭੇਜਾ, ਜਿਹੜਾ ਲਖਬੀਰ ਕੌਰ ਦਾ ਭਰਾ ਆ, ਅਤੇ ਉਹਨੇ ਇੱਕ ਆਪਣੇ ਸਾਥੀ ਬੂਟਾ ਸਿੰਘ ਦਾ ਸਾਥ ਲੈ ਕੇ ਇਹਨਾਂ ਦੋਹਾਂ ਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਅਤੇ ਜਿਹੜਾ ਗੁਰਭੇਜ ਸਿੰਘ ਭੇਜਾ ਵਾ, ਉਹ ਅਸੀਂ ਗ੍ਰਿਫਤਾਰ ਕਰ ਲਿਆ, ਉਹਨੇ ਆਪਣਾ ਜੁਰਮੀ ਕਬੂਲ ਕਰ ਲਿਆ ਮੈਂ ਕਿਸ ਤਰ੍ਹਾਂ ਕੀਤਾ। ਬਾਕੀ ਜਿਹੜੇ ਆ ਬੂਟਾ ਸਿੰਘ ਫੜਨਾ ਬਾਕੀ ਹੈ। ਸਰ, ਕੀ ਮਕਸਦ ਕੀ ਸਰ? ਮਕਸਦ ਇਹਨਾਂ ਦਾ ਕੋਈ ਪ੍ਰੋਪਰਟੀ ਡਿਸਪਿਊਟ ਸੀ,
ਕਿ ਜਿਹੜੀ ਗੁਰਭੇਜ ਸਿੰਘ ਭੇਜਿਆ ਇਹਨੇ ਤਕਰੀਬਨ ਚਾਰ ਭਰਾ ਨੇ, ਇਹਨੇ ਚੌਹਾਂ ਭਰਾਵਾਂ ਨੇ ਪਹਿਲਾਂ ਜ਼ਮੀਨ ਜਿਹੜੀ ਆਪਣੇ ਫਾਦਰ ਦੀ ਸਾਰੀ ਵੇਚ ਦਿੱਤੀ ਸੀ। ਬਾਅਦ ਵਿੱਚ ਇਹਦੀ ਭੈਣ ਲਖਬੀਰ ਕੌਰ ਅਤੇ ਇੱਕ ਭੈਣ ਜਸਬੀਰ ਕੌਰ ਦੋ ਨੇ। ਲਖਬੀਰ ਕੌਰ ਨੇ ਕੇਸ ਕਰਤਾ ਇਹਨਾਂ ਦੇ ਕਿ ਸਾਡਾ ਵੀ ਹਿੱਸਾ ਬਣਦਾ ਵਾ। ਲਖਬੀਰ ਜਸਬੀਰ ਕੌਰ ਨੇ ਕੋਲੋਂ ਲੈ ਲਈ ਪਾਵਰ ਅਟੋਰਨੀ ਲਖਬੀਰ ਸਿੰਘ, ਲਖਬੀਰ ਕੌਰ ਕੇਸ ਲੜਦੀ ਵੀ ਔਰ ਲਖਬੀਰ ਕੌਰ ਦੇ ਹੱਕ 'ਚ ਕੇਸ ਹੋ ਗਿਆ। ਇੱਕ ਬਟਾ ਛੇ ਹਿੱਸੇ ਦੀ ਉਹ ਮਾਲਕ ਬਣ ਗਈ ਸੀ ਅਤੇ ਹੁਣ ਉਹ ਜਿਹੜਾ ਉਹ ਕੇਸ ਚੱਲਣ ਡਿਆ ਤਕਸੀਮ ਦਾ, ਅਤੇ ਕੁਛ ਜਿਹੜੀ ਪੈਲੀ ਆ ਉਹ ਗੁਰਭੇਜ ਸਿੰਘ ਦੇ ਕੋਲ ਅਜੇ ਹੈਗੀ ਸੀ। ਇਹ ਉਹਦੇ ਕੋਲੋਂ ਜਿਹੜੀ ਹੈਗੀ ਸੀ ਕਿਤੇ ਮੇਰੀ ਛੱਡਦੇ ਪੈਲੀ, ਇਹ ਗੁਰਭੇਜ ਸਿੰਘ ਉਹਨੂੰ ਕਹਿੰਦਾ ਮੈਨੂੰ ਦੋ ਕਨਾਲ ਜ਼ਮੀਨ ਦੇ ਦੇ ਘਰ ਬਣਾਉਣ ਨੂੰ, ਉਹਨੇ ਗੱਲ ਚੱਲਦੀ ਉਹ ਇੱਕ ਕਨਾਲ ਜ਼ਮੀਨ ਦਿੰਦੀ। ਇਸੇ ਕਰਕੇ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਕਰਕੇ ਜਿਹੜਾ ਵਾ ਇਹ ਗੁਰਭੇਜ ਸਿੰਘ ਭੇਜਿਆ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ। ਸਰ ਜਿਹੜੇ ਦੋਸ਼ੀ ਫੜੇ ਗਏ ਉਹ ਦੋਸ਼ੀ ਦੇ ਪਰਿਵਾਰ ਬਾਹਰ ਧਰਨਾ ਲਾ ਕੇ ਵੀ ਟੇਕ ਕਹਿੰਦੇ ਸਾਡੇ ਵੱਲ? ਬਿਲਕੁਲ ਸਹੀ ਜਿਹੜੀ ਆ, ਅਸੀਂ ਚਾਰ ਦਿਨ ਹੋ ਗਏ ਇਨਵੈਸਟੀਗੇਸ਼ਨ ਕਰ ਰਹੇ ਹਾਂ। ਬਿਲਕੁਲ ਸਹੀ ਆ, ਜਿਹੜੀ ਲੜਕੀ ਆ ਛੋਟੀ ਬਚ ਗਈ ਆ, ਉਹ ਪਹਿਲੇ ਦਿਨ ਤੋਂ ਹੀ ਜਿਹੜੀ ਬਚ ਗਈ ਆ ਆਈ ਵਿਟਨੈਸ ਸੀ, ਉਹ ਖੁਦ ਕਹਿ ਰਹੀ ਸੀ ਵੀ ਗੁਰਭੇਜ ਸਿੰਘ ਦਾ ਨਾਂ ਲੈ ਰਹੀ। ਬਾਕੀ ਅਸੀਂ ਉਹਦੇ ਉਹਨੂੰ ਹੀ ਗਾਹ ਹੋਰ ਤਫਤੀਸ਼ ਕਰਕੇ ਜਿਹੜੀ ਆ ਹੋਰ ਵੀ ਸਾਨੂੰ ਕਾਫੀ ਕਲੂ ਮਿਲ ਗਏ ਔਰ ਗੁਰਭੇਜ ਸਿੰਘ ਭੇਜਾ ਖੁਦ ਹੀ ਕਬੂਲ ਕਰ ਗਿਆ, ਮੰਨ ਗਿਆ ਵੀ ਮੈਂ ਜਿਹੜਾ ਵਾਰਸ ਨੂੰ ਅੰਜਾਮ ਦਿੱਤਾ। ਸਰ ਉਹਦੇ ਰਸ਼ਪਾਲ ਸਿੰਘ ਉਹਦਾ ਅਜੇ ਕੋਈ ਰੋਲ ਸਾਹਮਣੇ ਨਹੀਂ ਆਇਆ। ਇਹ ਮਰਡਰ ਦਾ ਕੇਸ ਆ, ਜਿਹੜੀ ਸਹੀ ਤਫਤੀਸ਼ ਆ ਜਿਹੜੀ ਆ ਉਹਦੇ ਵਿੱਚ ਇਸ ਟਾਈਮ ਜਿਹੜਾ ਗੁਰਭੇਜ ਸਿੰਘ ਭੇਜਾ ਅਤੇ ਬੂਟਾ ਸਿੰਘ ਹੀ ਸਾਹਮਣੇ ਆਏ। ਤੁਹਾਨੂੰ ਸਰ ਉਹਨਾਂ ਕੋਲ ਕਿੰਨੇ ਹਥਿਆਰ ਬਰਾਮਦ ਹੋਏ? ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਜੇ, ਰਿਕਵਰੀ ਕਰਨੀ ਪੇਸ਼ ਅਰੈਸਟ ਕੀਤਾ ਵਾ ਉਹਨਾਂ ਨੂੰ ਹੁਣ ਰਿਪੋਰਟ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲਵਾਂਗੇ ਅਤੇ ਗਾਂ ਜਿਹੜਾ ਰਿਪੋਰਟ ਕਰਾਂਗੇ। ਓਕੇ।